ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਵਾਗਤ ਕਰਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਾਡੇ ਇਸ ਯੂਟਿਊਬ ਚੈਨਲ 'ਤੇ। ਜਿੱਦਾਂ ਕਿ ਅਸੀਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਰਿਲੇਟਡ ਬਹੁਤ ਸਾਰੀ ਵੀਡੀਓਜ਼ ਬਣਾਈਆਂ ਨੇ, ਅਤੇ ਅੱਜ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਆ ਗਏ ਹਾਂ ਜਿਹਦੇ ਵਿੱਚ ਪੰਜਾਬ ਪੁਲਿਸ ਟੈਕਨੀਕਲ ਅਸਿਸਟੈਂਟ ਸੋਰੀ ਜਿਹੜੀ ਆ ਪੰਜਾਬ ਪੁਲਿਸ ਇੰਟੈਲੀਜੈਂਸ ਅਸਿਸਟੈਂਟ ਦੀਆਂ ਪੋਸਟਾਂ ਨੇ। ਟੈਕਨੀਕਲ ਅਸਿਸਟੈਂਟ ਦੀ ਤਾਂ ਹਜੇ ਸਿਰਫ ਨੋਟੀਫਿਕੇਸ਼ਨ ਨਿਕਲੀ ਆ, ਜੇ ਫੋਰਮ ਅਪਲਾਈ ਕਰਨੇ ਸ਼ੁਰੂ ਨਹੀਂ ਹੋਏ। ਉਹਦੀ ਵੀਡੀਓ ਅਸੀਂ ਬਣਾਈ ਹੋਈ ਹੈ। ਇਹਦੇ ਵਿੱਚ ਅਸੀਂ ਇੰਟੈਲੀਜੈਂਟ ਅਸਿਸਟੈਂਟ ਜਿਹੜੀ ਹੈ ਇੰਟੈਲੀਜੈਂਸ ਕੈਡਰ ਦੇ ਵਿੱਚ ਅਤੇ ਕੌਂਸਟੇਬਲ ਇਨ ਇਨਵੈਸਟੀਗੇਸ਼ਨ ਕੈਡਰ ਦਾ ਫੋਰਮ ਕਿੱਦਾਂ ਫਿਲ ਕਰਨਾ ਉਹ ਆਪਾਂ ਦੇਖਾਂਗੇ। ਪੰਜਾਬ ਪੁਲਿਸ ਦੀ 3 ਵੈਕੈਂਸੀ ਆ ਚੁੱਕੀਆਂ ਜਿਹਨੂੰ ਤੁਸੀਂ ਦੇਖ ਸਕਦੇ ਹੋ, ਸਬ ਇੰਸਪੈਕਟਰ, ਕੌਂਸਟੇਬਲ ਅਤੇ ਇੰਟੈਲੀਜੈਂਸ ਅਸਿਸਟੈਂਟ। ਇਹਨਾਂ ਦੋਨਾਂ ਦੀ ਵੀਡੀਓ ਬਣਾਈ ਹੋਈ ਆ ਪਹਿਲਾਂ, ਤੀਜੀ ਅੱਜ ਬਣਾ ਰਹੇ ਹਾਂ। ਉਸ ਤੋਂ ਬਾਅਦ ਹੈੱਡ ਕੌਂਸਟੇਬਲ ਦੀ ਵੀ ਆਉਣ ਵਾਲੀ ਹੈ, ਇਹਦੀ ਵੀ ਬਣਾਵਾਂਗੇ। ਅਤੇ ਅੱਜ ਆਪਾਂ ਇਹ ਵੀਡੀਓ ਜਿਹੜੀ ਆ ਹੁਣ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਜੇ ਸਾਰਿਆਂ ਨੇ ਮੇਰੇ ਹਿਸਾਬ ਨਾਲ ਰਜਿਸਟਰ ਕੀਤਾ ਹੀ ਹੋਣਾ, ਕਿਉਂਕਿ ਕੌਂਸਟੇਬਲ ਦਾ ਫੋਰਮ ਅਜੇ ਵੀ ਭਰੇ ਜਾ ਰਹੇ ਆ ਅਤੇ ਲੋਕਾਂ ਨੇ ਭਰ ਵੀ ਲਿਆ। ਅਤੇ ਜੇ ਤੁਸੀਂ ਰਜਿਸਟਰ ਕਰਨਾ ਇੱਥੋਂ ਰਜਿਸਟਰ ਕਰ ਸਕਦੇ ਹੋ। ਰਜਿਸਟਰ ਜਾਲੇ ਜਦੋਂ ਖੁੱਲੂਗਾ ਪੇਜ, ਉਹਦੇ ਵਿੱਚ ਆਪਾਂ ਨਾਮ ਭਰਨਾ ਹੈ, ਆਪਣਾ ਫਸਟ ਨੇਮ, ਮਿਡਲ ਨੇਮ, ਲਾਸਟ ਨੇਮ। ਜਿਹਦਾ ਲਾਸਟ ਨੇਮ ਨਹੀਂ ਹੈਗਾ ਉਹ ਮਿਡਲ ਨੇਮ ਦੀ ਥਾਂ ਉਹ ਲਾਸਟ ਨੇਮ ਦੀ ਥਾਂ 'ਤੇ ਆਪਣਾ ਫਸਟ ਨੇਮ ਵੀ ਪਾ ਸਕਦਾ ਹੈ। ਜਿੱਦਾਂ ਕਿ ਮਤਲਬ ਇੱਥੇ ਦੇਖ ਸਕਦੇ ਤੁਸੀਂ, ਫਸਟ ਨੇਮ, ਮਿਡਲ ਨੇਮ, ਲਾਸਟ ਨੇਮ। ਉਸ ਤੋਂ ਬਾਅਦ ਡੇਟ ਆਫ ਬਰਥ ਹੈ, ਵੀ ਐਵਰ ਚੇਂਜ ਯੋਰ ਨੇਮ, ਨੋ। ਜਦੋਂ ਤੁਸੀਂ ਡੇਟ ਆਫ ਬਰਥ ਪਾਓਗੇ ਤੁਹਾਡੀ ਏਜ ਕੈਲਕੂਲੇਟ ਹੋ ਜਾਏਗੀ ਇੱਥੇ। ਉਸ ਤੋਂ ਬਾਅਦ ਮੋਬਾਈਲ ਨੰਬਰ ਪਾਉਣਾ, ਜੈਂਡਰ ਪਾਉਣਾ ਹੈ ਅਤੇ ਈਮੇਲ ਪਾਉਣੀ ਹੈ। ਜਨਰੇਟ ਓਟੀਪੀ 'ਤੇ ਕਰੋਗੇ ਤੁਹਾਨੂੰ ਮੇਲ ਅਤੇ ਆਈਡੀ 'ਤੇ ਦੋਨਾਂ 'ਤੇ ਸੇਮ ਓਟੀਪੀ ਜਾਏਗਾ। ਤੁਸੀਂ ਉਹ ਓਟੀਪੀ ਨਾਲ ਅਗਲੇ ਪੇਜ 'ਤੇ ਜਿਹੜਾ ਖੁੱਲੂਗਾ ਉਹਦੇ ਵਿੱਚ ਓਟੀਪੀ ਭਰ ਕੇ ਅਤੇ ਰਜਿਸਟ੍ਰੇਸ਼ਨ ਆਈਡੀ, ਪਾਸਵਰਡ ਤੁਹਾਨੂੰ ਮਿਲ ਜਾਏਗਾ। ਉਸ ਤੋਂ ਬਾਅਦ ਆਪਾਂ ਲੌਗਇਨ ਕਰਨਾ ਹੈ। ਲੌਗਇਨ ਹੇਅਰ ਦੇ ਉੱਤੇ ਆਪਾਂ ਕਲਿੱਕ ਕਰਨਾ ਹੈ। ਮੇਰਾ ਲੌਗਇਨ ਆਈਡੀ ਪਾਸਵਰਡ ਜਨਰੇਟ ਹੋਇਆ ਹੋਇਆ ਹੈ ਕਿਉਂਕਿ ਮੈਂ ਪਿਛਲੇ ਫੋਰਮ ਫਿਲ ਕੀਤੇ ਹੋਏ ਆ, ਤਾਂ ਆਪਾਂ ਲੌਗਇਨ ਕਰ ਲੈਂਦੇ ਹਾਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਐਪਲੀਕੇਸ਼ਨ ਡਿਟੇਲ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਸਬ ਇੰਸਪੈਕਟਰ, ਇਹਦੇ ਫੋਰਮ ਹੁਣ ਖਤਮ ਹੋ ਚੁੱਕੇ ਆ, ਮਤਲਬ ਅਪਲਾਈ ਕਰਨੇ ਬੰਦ ਹੋ ਚੁੱਕੇ ਆ। ਹੁਣ ਇਹ ਆਪਾਂ ਜਾ ਭਰਨ ਜਾ ਲਿਆ ਇੰਟੈਲੀਜੈਂਸ ਅਸਿਸਟੈਂਟ ਅਤੇ ਕੌਂਸਟੇਬਲ, ਅਤੇ ਕੌਂਸਟੇਬਲ ਲਈ ਵੀ ਆਪਾਂ ਭਰ ਚੁੱਕੇ ਹਾਂ। ਤੁਸੀਂ ਨਹੀਂ ਦੇਖਿਆ ਤਾਂ ਇੱਥੇ ਮਾਈ ਆਈ ਲਿੰਕ ਦੇ ਵਿੱਚ ਤੁਹਾਨੂੰ ਉਹਦਾ ਵੀਡੀਓ ਦਾ ਲਿੰਕ ਪ੍ਰੋਵਾਈਡ ਕਰਵਾ ਦੂੰਗਾ, ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਟਾਈਮ 'ਤੇ ਆਪਾਂ ਕਲਿੱਕ ਕਰਦੇ ਹਾਂ, ਜਿੱਦਾਂ ਕਿ ਮੈਂ ਪਹਿਲਾਂ ਹੀ ਫੋਰਮ ਤੁਹਾਨੂੰ ਬਸ ਦਿਖਾਉਣ ਵਾਸਤੇ ਪਰਫੋਰਮੈਂਸ ਸਾਰੇ ਰੈਡੀ ਕਰ ਲਿਆ ਹੈ। ਆਪਾਂ ਜਦੋਂ ਤੁਸੀਂ ਪਹਿਲੀ ਵਾਰ ਕਰਨਾ ਇੱਥੇ ਕਲਿੱਕ ਫੋਰ ਨਿਊ ਐਪਲੀਕੇਸ਼ਨ ਦੇ ਉੱਤੇ ਕਲਿੱਕ ਕਰਨਾ, ਤਾਂ ਜੇ ਮੈਂ ਪਹਿਲਾਂ ਹੀ ਕੀਤਾ ਹੋਇਆ ਤਾਂ ਮੈਂ ਐਡਿਟ ਐਂਡ ਵਿਊ 'ਤੇ ਕਰੂੰਗਾ। ਐਡਿਟ ਐਂਡ ਵਿਊ 'ਤੇ ਕਰਨ ਤੋਂ ਬਾਅਦ ਇੱਥੇ ਐਡਿਟ 'ਤੇ ਕਰ ਲੈਂਦਾ, ਮੈਂ ਤੁਹਾਨੂੰ ਦਿਖਾਉਂਦਾ ਸ਼ੁਰੂ ਤੋਂ ਕਿੱਦਾਂ ਫਾਰਮ ਭਰਿਆ ਜਾਂਦਾ ਹੈ। ਜਿਹੜੀ ਬੇਸਿਕ ਡਿਟੇਲਸ ਹੋਣਗੀਆਂ ਤੁਹਾਡੀਆਂ, ਰਜਿਸਟ੍ਰੇਸ਼ਨ ਟਾਈਮ ਪਾਈਆਂ ਹੋਣਗੀਆਂ ਜਿਹੜੀਆਂ ਤੁਸੀਂ, ਉਹ ਤਾਂ ਇਹਨੇ ਆਪੇ ਹੀ ਚੱਕ ਲੈਣੀਆਂ ਨੇ। ਉਸ ਤੋਂ ਬਾਅਦ ਜਿਹੜੀਆਂ ਐਕਸਟਰਾ ਆਪਾਂ ਨੂੰ ਪਾਣੀਆਂ ਪੈਣੀਆਂ ਉਹ ਮੈਂ ਤੁਹਾਨੂੰ ਦਿਖਾ ਦਿੰਦਾ। ਸਭ ਤੋਂ ਪਹਿਲਾਂ ਪਰਸਨਲ ਡਿਟੇਲਸ ਵਾਲਾ ਪੂਰਾ ਕਰਨਾ ਹੈ। ਐਡਵਰਟੀਜ਼ਮੈਂਟ ਨੰਬਰ ਹੈ 3/2021, ਇੱਥੇ ਅਸਾਮੀ ਦਾ ਨਾਮ ਸਿਲੈਕਟ ਕਰਨਾ ਤੁਸੀਂ, ਇੰਟੈਲੀਜੈਂਸ ਅਸਿਸਟੈਂਟ, ਅਤੇ ਆਹ ਸਾਰਾ ਪਹਿਲਾਂ ਹੀ ਫਿਲ ਹੋਏਗਾ। ਇਹਦੇ ਵਿੱਚ ਤੁਸੀਂ ਮਦਰ ਨੇਮ ਪਾਉਣਾ, ਫਾਦਰਸ ਨੇਮ ਪਾਉਣਾ, ਮੈਰੀਟਲ ਸਟੇਟਸ ਪਾਉਣਾ। ਉਸ ਤੋਂ ਬਾਅਦ ਤੁਸੀਂ ਨੈਸ਼ਨੈਲਿਟੀ ਪਾਉਣੀ ਆਪਣੀ, ਡੋਮੀਸਾਈਲ ਆਫ ਪੰਜਾਬ ਯੈਸ ਜਾਂ ਨੋ ਪਾਉਣਾ। ਰਿਜ਼ਰਵੇਸ਼ਨ ਕਿਹੜੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਉਹ ਪਾਉਣਾ ਇੱਥੇ। ਇਹਦੇ ਵਿੱਚ ਫਿਰ ਸਿਲੈਕਟ ਕਰਨਾ ਤੁਸੀਂ ਕਿਹੜੇ ਤੋਂ ਬਿਲੋਂਗ ਕਰਦੇ ਹੋ, ਜਨਰਲ, PWS, ਐਕਸ ਸਰਵਿਸਮੈਨ ਵਗੈਰਾ ਵਗੈਰਾ। ਉਸ ਤੋਂ ਬਾਅਦ ਐਕਸ ਸਰਵਿਸਮੈਨ ਹੋ ਜਾਂ ਨਹੀਂ, ਜਾਂ ਪੰਜਾਬ ਸਰਕਾਰ ਦੇ ਅੰਡਰ ਕਿਸੇ ਹੋਰ ਜੋਬ ਦੇ ਵਿੱਚ ਤੁਸੀਂ ਅਜੇ ਹੈਗੇ ਹੋ, ਤਾਂ ਉਹ ਦੇਖ ਕੇ ਇੱਥੋਂ ਆਪਣਾ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਹੈ ਇੱਥੇ ਆਪਾਂ ਹੋਮ ਡਿਸਟ੍ਰਿਕਟ ਸਿਲੈਕਟ ਕਰਨਾ ਹੈ, ਤੁਸੀਂ ਜਿਹੜੇ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੋ ਉੱਥੇ ਸਿਲੈਕਟ ਕਰ ਲਿਓ। ਆਈਡੈਂਟੀਫਿਕੇਸ਼ਨ ਮਾਰਕ ਦੇ ਵੀ ਤੁਸੀਂ ਦੱਸਣਾ ਹੈ, ਤੁਹਾਡੇ ਕੋਈ ਸਰੀਰ 'ਤੇ ਸੱਟ ਵਗੈਰਾ ਦਾ ਨਿਸ਼ਾਨ ਜਾਂ ਤਿਲ ਵਗੈਰਾ ਹੋਵੇ ਜਿਹਦੇ ਨਾਲ ਤੁਹਾਡੀ ਪਹਿਚਾਣ ਹੋ ਸਕੇ, ਉਹਦਾ ਇੱਥੇ ਤੁਸੀਂ ਡਿਸਕ੍ਰਿਪਸ਼ਨ ਦੇਣਾ ਹੈ। ਉਸ ਤੋਂ ਬਾਅਦ ਆਈਡੈਂਟੀ ਪਰੂਫ ਦੇ ਵਿੱਚ ਇਹਨਾਂ ਨੇ ਜਿਹੜੀ ਆਪਸ਼ਨ ਦਿੱਤੀ ਹੋਈ ਆ 5 ਪਰੂਫਾਂ ਦੀ, ਉਹਨਾਂ 'ਚ ਕੋਈ ਵੀ 2 ਤੁਸੀਂ ਸਿਲੈਕਟ ਕਰ ਸਕਦੇ ਹੋ। ਆਈਡੈਂਟੀ ਪਰੂਫ 1 ਅਤੇ ਆਈਡੈਂਟੀ ਪਰੂਫ 2, 2 ਜਿਹੜਾ ਹੈ ਮੈਂਡੇਟਰੀ ਨਹੀਂ ਹੈਗਾ, ਤੁਸੀਂ ਭਰਨਾ ਚਾਹੁੰਦੇ ਹੋ ਭਰ ਸਕਦੇ ਹੋ ਅਤੇ ਨਹੀਂ ਭਰਨਾ ਚਾਹੁੰਦੇ ਤਾਂ ਸਕਿੱਪ ਕਰ ਸਕਦੇ ਹੋ। ਉਸ ਤੋਂ ਬਾਅਦ ਇੱਥੇ ਜਿਹੜਾ ਤੁਸੀਂ ਦੂਜਾ ਪਾਇਆ ਉਹਦਾ ਡਿਟੇਲਸ ਪਾਉਣੀ ਹੈ, ਜਿਵੇਂ ਪੈਨ ਕਾਰਡ ਮੈਂ ਭਰਿਆ ਸੀ ਤਾਂ ਪੈਨ ਕਾਰਡ ਦੀ ਡਿਟੇਲ ਹੈ। ਉਸ ਤੋਂ ਬਾਅਦ ਐਡਰੈਸ ਪਾਉਣਾ, ਜੋ ਵੀ ਤੁਹਾਡਾ ਐਡਰੈਸ ਆਧਾਰ ਕਾਰਡ 'ਤੇ ਮੈਨਸ਼ਨ, ਉਹਦੇ ਅਕੋਰਡਿੰਗ ਐਡਰੈਸ ਪਾ ਦਿਓ, ਪਿੰਨ ਕੋਡ ਸਮੇਤ। ਅਤੇ ਪਰਮਾਨੈਂਟ ਐਡਰੈਸ ਵਾਲੇ 'ਤੇ ਯੈਸ ਕਰੋਗੇ ਤਾਂ ਪਰਮਾਨੈਂਟ ਐਡਰੈਸ ਆਪ ਹੀ ਫਿਲ ਹੋ ਜਾਏਗਾ। ਉਸ ਤੋਂ ਬਾਅਦ ਸੇਵ ਐਂਡ ਨੈਕਸਟ 'ਤੇ ਕਲਿੱਕ ਕਰਨਾ। ਇਹਦੇ ਵਿੱਚ ਆਪਾਂ ਕੁਆਲੀਫਿਕੇਸ਼ਨ ਡਿਟੇਲਸ ਪਾਉਣੀ ਹੈ। ਸਭ ਤੋਂ ਪਹਿਲਾਂ ਤੁਸੀਂ 10ਵੀਂ ਦਾ ਡਿਟੇਲ ਪਾਉਣੀ ਹੈ ਸਾਰੀ, ਕਿਹੜੇ ਬੋਰਡ ਤੋਂ ਕੀਤੀ ਹੈ, ਸਕੂਲ ਦਾ ਕੀ ਨਾਮ ਹੈ, ਪਰਸੈਂਟੇਜ ਸੀਗਾ ਜਾਂ ਗ੍ਰੇਡ ਸੀਗਾ ਜਾਂ CGPA ਸਿਸਟਮ ਸੀਗਾ, ਤੁਸੀਂ ਇੱਥੇ ਸਿਲੈਕਟ ਕਰ ਲੈਣਾ। ਕਿੰਨੇ ਅੰਕ ਪ੍ਰਾਪਤ ਕੀਤੇ ਕਿੰਨਿਆਂ ਦੇ ਵਿੱਚੋਂ, ਅਤੇ ਪਰਸੈਂਟੇਜ ਆਪੇ ਕੈਲਕੂਲੇਟ ਹੋ ਜਾਏਗੀ। ਉਸ ਤੋਂ ਬਾਅਦ ਪਾਸ ਹੋਣ ਦਾ ਈਅਰ ਦੱਸਣਾ, ਅਤੇ ਮੈਟ੍ਰਿਕੁਲੇਸ਼ਨ ਐਗਜ਼ਾਮ ਤੁਸੀਂ ਪਾਸ ਕੀਤੀ ਹੈ ਕੰਪਲਸਰੀ ਪੰਜਾਬੀ ਦੇ ਨਾਲ ਤਾਂ ਯੈਸ ਕਰਨਾ, ਅਦਰਵਾਈਜ਼ ਨੋ ਕਰਨਾ। ਕੋਰਸ ਜਿਹੜਾ ਸੀਗਾ ਤੁਹਾਡਾ ਕੰਪਲਸਰੀ ਸੀਗਾ ਜਾਂ ਤੁਸੀਂ ਐਕਸਟਰਾ ਲਿਆ ਹੋਇਆ ਸੀ, ਇਹਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਹੈ 12th ਦੀ ਡਿਟੇਲਸ ਪਾਉਣੀ ਹੈ, ਉੱਦਾਂ ਹੀ ਜਿੱਦਾਂ ਤੁਸੀਂ 10th ਦੀ ਪਾਈ ਹੈ। ਉਸ ਤੋਂ ਬਾਅਦ ਗ੍ਰੈਜੂਏਸ਼ਨ ਡਿਟੇਲਸ ਦੇ ਵਿੱਚ ਜੇ ਤੁਸੀਂ ਕੰਪਿਊਟਰ ਦੇ ਨਾਲ ਕਿਸੇ ਵੀ ਨਾਲ ਗ੍ਰੈਜੂਏਸ਼ਨ ਕੀਤੀ ਹੈ ਇਹਨਾਂ ਵਿੱਚੋਂ, ਤਾਂ ਸਿਲੈਕਟ
ਇੱਥੇ ਤੁਸੀਂ ਕੋਰਸ ਦਾ ਨਾਮ ਪਾਉਣਾ ਹੈ। ਇਹਦੇ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ DOEACC ਜਾਂ ਜਿਹੜਾ ਹੁਣ ਨੀਲਟ ਵੀ ਕਹਿੰਦੇ ਆ ਉਹ ਤੋਂ ਉਹ ਲੈਵਲ ਸਰਟੀਫਿਕੇਟ ਕੀਤਾ ਹੈ ਨਹੀਂ। ਜੇ ਕੀਤਾ ਹੈ ਤਾਂ ਯੈਸ, ਅਦਰਵਾਈਜ਼ ਨੋ ਫਿਲ ਕਰਨਾ। ਇੱਥੇ ਕਿਹੜੇ ਇੰਸਟੀਟਿਊਟ ਤੋਂ ਪਾਸ ਕੀਤਾ ਹੈ ਉਹ ਉੱਥੇ ਭਰਨਾ, ਅਤੇ ਇੰਸਟੀਟਿਊਟ ਰੈਕਗਨਾਈਜ਼ਡ ਹੈ ਜਾਂ ਨਹੀਂ ਉਹ ਤੁਸੀਂ ਟਿਕ ਕਰਨਾ ਯੈਸ ਇਹਨੂੰ। ਉਸ ਤੋਂ ਬਾਅਦ ਮੰਥ ਐਂਡ ਈਅਰ ਆਫ ਪਾਸਿੰਗ ਗ੍ਰੈਜੂਏਸ਼ਨ ਦੀ, ਜਿਹੜਾ ਲਾਸਟ ਟਾਈਮ ਸੀਗਾ ਉਹਦੀ ਡਿਟੇਲ ਪਾਣੀ ਹੈ। ਉਸ ਤੋਂ ਬਾਅਦ ਕੁੱਲ ਜਿਹੜਾ ਮਾਰਕਸ ਸੀ ਕਿੰਨੇ ਸੀਗੇ ਤੁਹਾਡੇ ਕਿੰਨਿਆਂ ਵਿੱਚੋਂ, ਉਹ ਤੁਸੀਂ ਸਿਲੈਕਟ ਕਰ ਲੈਣੇ। ਜੇ ਕੋਈ ਉੱਧਰ ਹਾਈ ਹਾਇਅਰ ਕੁਆਲੀਫਿਕੇਸ਼ਨ ਹੈਗੀ ਤੁਸੀਂ ਤਾਂ ਤੁਸੀਂ ਇੱਥੇ ਭਰ ਸਕਦੇ ਹੋ। ਇੱਥੇ ਜਦੋਂ ਪ੍ਰੈਫਰੈਂਸ ਸਿਲੈਕਟ ਕਰਨੀ ਹੈ, ਜੇ ਤੁਸੀਂ ਕੰਪਿਊਟਰ ਨਾਲ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਤਾਂ ਇੱਥੇ ਦੋ ਆਪਸ਼ਨ ਆਣਗੇ ਤੁਹਾਡੇ ਕੋਲ, ਇੱਕ ਤਾਂ ਇੰਟੈਲੀਜੈਂਸ ਅਸਿਸਟੈਂਟ, ਇੱਕ ਕੋਂਸਟੇਬਲ ਇਨਵੈਸਟੀਗੇਸ਼ਨ ਕੈਡਰ। ਤਾਂ ਜਿੱਦਾਂ ਕਿ ਮੈਂ ਕੰਪਿਊਟਰ ਨਾਲ ਨਹੀਂ ਕੀਤਾ ਤਾਂ ਮੈਂ ਇੱਥੇ ਕੋਂਸਟੇਬਲ ਇਨਵੈਸਟੀਗੇਸ਼ਨ ਕੈਡਰ ਇੱਕੋ ਹੀ ਆਪਸ਼ਨ ਆ ਰਹੀ ਹੈ ਮੇਰੇ ਕੋਲ, ਅਦਰਵਾਈਜ਼ ਇੱਥੇ ਦੋ ਆਉਂਦੀਆਂ ਨੇ। ਤੁਸੀਂ ਦੋਨਾਂ ਨੂੰ ਸਿਲੈਕਟ ਕਰ ਸਕਦੇ ਹੋ ਪ੍ਰੈਫਰੈਂਸ ਦੇ ਅਕੋਰਡਿੰਗ। ਉਸ ਤੋਂ ਬਾਅਦ ਇੱਥੇ ਸਾਰਿਆਂ ਦੇ ਵਿੱਚ ਨੋ ਹੀ ਕਰਨਾ ਹੈ ਕਿ ਤੁਹਾਡੇ 'ਤੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਸੀਗਾ ਜਾਂ FIR ਤਾਂ ਨਹੀਂ ਹੋਈ ਕਦੇ। ਮੈਂ ਉਸ ਦੇਖ ਕੇ ਤੁਸੀਂ ਪੜ੍ਹ ਕੇ ਆਪਣਾ ਯੈਸ ਨੂੰ ਫਿਲ ਕਰ ਸਕਦੇ ਹੋ। ਉਸ ਤੋਂ ਬਾਅਦ ਟੈਸਟ ਦਾ ਸੈਂਟਰ ਚੂਜ਼ ਕਰ ਸਕਦੇ ਹੋ, ਕਿਹੜਾ ਸੈਂਟਰ ਤੁਹਾਨੂੰ ਨੇੜੇ ਪੈਂਦਾ ਉਹਦੇ ਅਕੋਰਡਿੰਗ ਸ਼ਹਿਰ ਆਪਣਾ ਇੱਥੇ ਸਿਲੈਕਟ ਕਰ ਲਿਓ। ਉਸ ਤੋਂ ਬਾਅਦ ਸੇਵ ਐਂਡ ਨੈਕਸਟ ਕਰੋਗੇ। ਉਸ ਤੋਂ ਬਾਅਦ ਆਪਾਂ ਡਾਕੂਮੈਂਟ ਅਪਲੋਡ ਕਰਨੇ ਆ। ਡਾਕੂਮੈਂਟ ਜਿਹੜੇ ਹੈ ਉਹ ਪਾਸਪੋਰਟ ਸਾਈਜ਼ ਫੋਟੋ ਸਭ ਤੋਂ ਪਹਿਲਾਂ ਆਪਾਂ ਅਪਲੋਡ ਕਰਨੀ ਹੈ, ਜਿਹੜੀ ਕਿ 80 KB ਤੋਂ 200 KB ਦੇ ਅੰਦਰ ਹੋਣੀ ਚਾਹੀਦੀ ਹੈ, ਅਤੇ ਉਹ ਆਪਾਂ ਇੱਥੇ ਅਪਲੋਡ ਕਰ ਦੇਣੀ ਹੈ। ਅਪਲੋਡ ਕਰਨ ਲਈ ਬਸ ਇੱਥੇ ਡਰੈਗ ਐਂਡ ਡਰੋਪ ਫਾਈਲ 'ਤੇ ਕਲਿੱਕ ਕਰੋਗੇ ਬਰਾਊਜ਼ 'ਤੇ, ਅਤੇ ਤੁਹਾਨੂੰ ਇਹ ਜਿੱਥੇ ਤੁਹਾਡੀ ਫਾਈਲ ਪਈ ਹੈ ਉਹਦੇ ਵਿੱਚੋਂ ਫਾਈਲ ਸਿਲੈਕਟ ਕਰ ਲਓ ਜਿੱਥੇ ਪਈ ਹੈ ਨਿਊ ਫੋਲਡਰ ਡਾਕੂਮੈਂਟਸ ਦੇ ਵਿੱਚ। ਉਸ ਤੋਂ ਬਾਅਦ ਫਾਈਲ ਆਪਣੇ ਆਪ ਅਪਲੋਡ ਹੋ ਜਾਏਗੀ, ਕਲੋਜ਼ ਕਰ ਦਿਓ ਇਹਨੂੰ। ਇੱਦਾਂ ਹੀ ਸਾਰੇ ਤੁਸੀਂ ਅਪਲੋਡ ਕਰ ਦੇਣੇ ਆ, ਫੋਟੋ, ਫਿਰ ਸਿਗਨੇਚਰ, 10th ਦੀ ਮਾਰਕਸ਼ੀਟ, 12th ਦੀ ਮਾਰਕਸ਼ੀਟ, ਅਤੇ ਜਿਹੜਾ ਇੱਥੇ ਅਪਲੋਡ ਯੋਰ ਆਈਡੀ ਪਰੂਫ ਵਾਲਾ ਸੈਕਸ਼ਨ ਹੈ ਉਹਦੇ ਵਿੱਚ ਦੋ ਇਹਨਾਂ ਨੇ ਬਣਾਏ ਹੋਏ ਆ। ਇੱਕ ਦੇ ਵਿੱਚ ਤੁਸੀਂ ਭਰ ਸਕਦੇ ਹੋ ਆਈਡੀ ਪਰੂਫ ਡਾਕੂਮੈਂਟ 1 ਦੇ ਉੱਤੇ ਜਿਹੜਾ ਵੀ ਤੁਸੀਂ ਡਾਕੂਮੈਂਟ ਅਪਲੋਡ ਕੀਤਾ ਹੈ ਉੱਥੇ ਬਰਾਊਜ਼ ਕਰਕੇ ਇੱਥੇ ਤੁਸੀਂ ਡਾਕੂਮੈਂਟ ਅਪਲੋਡ ਕਰ ਸਕਦੇ ਹੋ। ਉਸ ਤੋਂ ਬਾਅਦ ਗ੍ਰੈਜੂਏਸ਼ਨ ਦਾ ਸਰਟੀਫਿਕੇਟ, ਉਸ ਤੋਂ ਬਾਅਦ ਪੰਜਾਬੀ ਲੈਂਗੁਏਜ ਦਾ ਸਰਟੀਫਿਕੇਟ ਦੇ ਵੀ ਤੁਸੀਂ 10ਵੀਂ ਦਾ ਹੀ ਅਪਲੋਡ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਆਈ ਐਮ ਵਲੰਟੀਅਰਿੰਗ ਸਬਮਿਟਿੰਗ ਦਾ ਰਿਕੁਆਇਰਡ ਡਾਕੂਮੈਂਟ ਦੇ ਉੱਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਪੇਮੈਂਟ ਡਿਟੇਲਸ ਆ ਜਾਏਗੀ ਤੁਹਾਡੇ ਕੋਲ, ਜੋ ਵੀ ਤੁਸੀਂ ਕੈਟੇਗਰੀ ਦੇ ਅਕੋਰਡਿੰਗ ਫਿਲ ਕੀਤੀ ਹੈ। ਚੂਜ਼ ਯੋਰ ਪੇਮੈਂਟ ਮੈਥਡ ਦੇ ਵਿੱਚ CC ਐਵਨਿਊ ਤੋਂ ਚੂਜ਼ ਕਰ ਲਿਓ, ਜ਼ਿਆਦਾ ਬੈਟਰ ਹੈ। ਉਸ ਤੋਂ ਬਾਅਦ ਡੈਕਲਰੇਸ਼ਨ ਦੇ ਵਿੱਚ ਸਾਰੇ ਇੱਥੇ ਟਿਕ ਮਾਰਕ ਕਰ ਦਿਓ, ਅਤੇ ਪੇਮੈਂਟ ਕਰਨ ਤੋਂ ਪਹਿਲਾਂ ਦੇਖ ਲਿਓ ਜੇ ਤੁਸੀਂ ਜ਼ਿਆਦਾ ਟਾਈਮ ਹੋ ਗਿਆ ਤੁਹਾਨੂੰ ਫੋਰਮ ਫਿਲ ਕਰਦੇ ਹੋਏ ਤਾਂ ਇੱਕ ਵਾਰੀ ਲੌਗਆਊਟ ਕਰਕੇ ਆਈਡੀ ਨੂੰ, ਫਿਰ ਸਬਮਿਟ ਕਰਨ ਤੋਂ ਬਾਅਦ ਪੇਮੈਂਟ ਨਾ ਕਰਿਓ, ਲੌਗਆਊਟ ਕਰਨ ਤੋਂ ਲੌਗਆਊਟ ਕਰਕੇ ਫਿਰ ਲੌਗਇਨ ਕਰਕੇ ਪੇਮੈਂਟ ਕਰਿਓ, ਕਿਉਂਕਿ ਕਈ ਵਾਰ ਜ਼ਿਆਦਾ ਟਾਈਮ ਹੋ ਜਾਂਦਾ ਤਾਂ ਪੇਮੈਂਟ ਦੇ ਜਿਹੜੇ ਫੇਲਡ ਹੋਣ ਦੇ ਚਾਂਸਿਸ ਕਾਫੀ ਹੁੰਦੇ ਆ। ਪੇਮੈਂਟ ਜਿਹੜੀ ਹੈ ਉਹ ਡੈਬਿਟ ਕਾਰਡ ਤੋਂ ਕਰੋ, ਜ਼ਿਆਦਾ ਬੈਟਰ ਹੈ, ਕਿਉਂਕਿ ਬਾਕੀ ਇਹਦੇ ਵਿੱਚ ਫੇਲਡ ਹੋਣ ਦੇ ਕਾਫੀ ਚਾਂਸਿਸ ਹੁੰਦੇ ਆ। ਇਹਦੇ ਵਿੱਚ ਹੁਣ ਪੇਮੈਂਟ ਮੈਥਡ ਸਿਲੈਕਟ ਕਰ ਲਿਓ ਕਿਤੇ ਤੋਂ ਪੇ ਕਰਨੀ ਹੈ, ਜਿੱਦਾਂ ਡੈਬਿਟ ਕਾਰਡ ਤੋਂ ਜ਼ਿਆਦਾ ਸਹੀ ਰਹਿੰਦੀ ਹੈ। ਤਾਂ ਜੇ ਤੁਹਾਡੇ ਕੋਲ HDFC ਹੈਗਾ ਤਾਂ HDFC ਸਿਲੈਕਟ ਕਰ ਲਿਓ, ਅਦਰਵਾਈਜ਼ ਅਦਰ ਬੈਂਕ ਡੈਬਿਟ ਕਾਰਡ ਦੇ ਉੱਤੇ ਕਰਕੇ। ਤੁਹਾਡੇ ਕੋਲ ਕਿਹੜਾ ਕਾਰਡ ਹੈ, ਰੂਪੇ, ਮਾਸਟਰ ਜਾਂ ਮਾਸਟਰੋ, ਵੀਜ਼ਾ, ਇਹਨਾਂ ਵਿੱਚ ਕੋਈ ਵੀ ਸਿਲੈਕਟ ਕਰ ਲਿਓ ਇੱਕ, ਜਿਹੜਾ ਵੀ ਤੁਹਾਡੇ ਕੋਲ ਕਾਰਡ ਹੋਇਆ। ਕਾਰਡ ਨੰਬਰ ਪਾਉਣਾ, ਨੇਮ ਪਾਉਣਾ, ਅਤੇ ਮੰਥ ਐਂਡ ਐਕਸਪਾਇਰੀ ਪਾਉਣੀ ਹੈ, ਜਿਹੜਾ ਸਾਲ ਹੈ ਉਹਦਾ। ਤੁਹਾਡਾ CVV ਪਾਉਣਾ, ਜਿਹੜਾ ਕਾਰਡ ਦੇ ਪਿੱਛੇ 3 ਅੱਖਰ ਦਾ ਲਿਖਿਆ ਹੁੰਦਾ ਹੈ। ਉਸ ਤੋਂ ਬਾਅਦ ਕਨਫਰਮ ਪੇਮੈਂਟ 'ਤੇ ਕਰੋਗੇ, ਅਗਲਾ ਪੇਜ ਖੁੱਲੇਗਾ ਜਿਹਦੇ ਵੀ ਤੁਸੀਂ ਜਿਹੜਾ ਫੋਨ 'ਤੇ OTP ਆਇਆ ਉਹ ਇੱਥੇ ਫਿਲ ਕਰਨਾ ਹੈ। ਉਹ ਫਿਲ ਕਰੋਗੇ ਤਾਂ ਪੇਮੈਂਟ ਤੁਹਾਡੀ ਸਕਸੈਸਫੁਲ ਹੋ ਜਾਏਗੀ, ਮੈਸੇਜ ਆ ਜਾਏਗਾ ਤੁਹਾਨੂੰ, ਅਤੇ ਪੇਮੈਂਟ ਸਲਿੱਪ ਡਾਊਨਲੋਡ ਹੋ ਜਾਏਗੀ। ਮੈਂ ਤੁਹਾਨੂੰ ਜਿਹੜੀ ਪੇਮੈਂਟ ਸਲਿੱਪ ਹੈ ਕਿੱਦਾਂ ਦੀ ਹੁੰਦੀ ਉਹ ਦਿਖਾ ਦਿੰਦਾ, ਅਤੇ ਫੋਰਮ ਜਿਹੜਾ ਐਪਲੀਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਫੀਸ ਪੇਮੈਂਟ ਹੋਣ ਤੋਂ ਬਾਅਦ ਕਿੱਦਾਂ ਦਿਖਦਾ ਉਹ ਦਿਖਾ ਦਿੰਦਾ, ਜਿੱਦਾਂ ਕਿ SID ਕੰਪਲੀਟ ਕੀਤੀ ਹੋਈ ਹੈ ਮੈਂ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਡਿਟ ਦਾ ਆਪਸ਼ਨ ਜਾ ਚੁੱਕਾ ਹੈ, ਇਸ ਕਰਕੇ ਫੀਸ ਪੇਮੈਂਟ ਕਰਨ ਤੋਂ ਬਾਅਦ ਪਹਿਲਾਂ ਜਿਹੜਾ ਇੱਕ ਵਾਰੀ ਫੋਰਮ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਓ, ਤਾਂ ਕਿ ਕਿਉਂਕਿ ਬਾਅਦ ਵਿੱਚ ਇਹਦੇ ਵਿੱਚ ਐਡਿਟ ਦੀ ਆਪਸ਼ਨ ਨਹੀਂ ਆਉਂਦੀ। ਉਸ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦਾ ਦਿਖੇਗਾ ਫੋਰਮ, ਅਤੇ ਇੱਥੇ ਪੇਮੈਂਟ ਦੀ ਸਕਸੈਸਫੁਲ ਜਿਹੜੀ ਹੈ ਉਹ ਦਿਖਾਈ ਦੇਗੀ ਤੁਹਾਨੂੰ, ਅਮਾਊਂਟ, ਪੇਮੈਂਟ ਮੋਡ, ਅਤੇ ਪੇਮੈਂਟ ਸਟੇਟਸ, ਸਕਸੈਸ ਅਤੇ ਟ੍ਰਾਂਜੈਕਸ਼ਨ ਨੰਬਰ। ਇੱਥੇ ਤੁਸੀਂ ਬਾਅਦ ਵਿੱਚ ਵੀ ਆਪਣੇ ਡਾਕੂਮੈਂਟ ਦੇਖ ਸਕਦੇ ਹੋ, ਕਿਹੜੇ ਤੁਸੀਂ ਅਪਲੋਡ ਕੀਤੇ, ਸਹੀ ਕੀਤੇ ਜਾਂ ਨਹੀਂ ਕੀਤੇ, ਅਤੇ ਪੇਮੈਂਟ ਸਲਿੱਪ ਦੇ ਵਿੱਚ ਜਾ ਕੇ ਇੱਥੇ ਕਲਿੱਕ ਹੇਅਰ ਟੂ ਡਾਊਨਲੋਡ 'ਤੇ ਕਲਿੱਕ ਕਰੋਗੇ ਤਾਂ ਇੱਥੇ ਪੇਮੈਂਟ ਦੀ ਜਿਹੜੀ ਹੈ ਸਲਿੱਪ ਖੁੱਲ ਜਾਏਗੀ। ਇੱਥੇ ਓਪਨ ਕਰਕੇ ਤੁਹਾਨੂੰ ਦਿਖਾ ਦਿੰਦਾ ਪੇਮੈਂਟ ਸਲਿੱਪ ਕਿੱਦਾਂ ਦੀ ਜਨਰੇਟ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਪੇਮੈਂਟ ਸਲਿੱਪ ਡਾਊਨਲੋਡ ਹੋ ਚੁੱਕੀ ਹੈ। ਮੇਰਾ ਨਾਮ, ਐਪਲੀਕੇਸ਼ਨ ਨੰਬਰ, ਅਮਾਊਂਟ ਪੇਡ, ਅਤੇ ਕਿਹੜੇ ਪੋਸਟ ਵਾਸਤੇ ਹੈ, ਅਤੇ ਔਡਰ ਆਈਡੀ, ਅਤੇ ਟ੍ਰਾਂਜੈਕਸ਼ਨ ਸਟੇਟਸ ਜਿਹੜਾ ਐਸ ਮਤਲਬ ਸਕਸੈਸਫੁਲ, ਅਤੇ ਬਸ ਇੰਨਾ ਹੀ ਹੈ। ਇੱਥੇ ਤੁਹਾਡੀ ਪੇਮੈਂਟ ਸਕਸੈਸਫੁਲ ਹੋ ਜਾਏਗੀ ਅਤੇ ਫੀਸ ਜਿਹੜਾ ਤੁਹਾਨੂੰ ਮੇਲ ਵੀ ਆ ਜਾਏਗੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਸਕਸੈਸਫੁਲ ਹੋ ਚੁੱਕੀ ਹੈ।
ਇਸੇ ਤਰ੍ਹਾਂ ਤੁਸੀਂ ਆਪਣੇ ਸਾਰੇ ਫੋਰਮ ਭਰ ਸਕਦੇ ਹੋ। ਅਜੇ ਤੱਕ 3 ਫੋਰਮ ਨਿਕਲੇ ਹੈ, SI, IA ਅਤੇ ਕੋਂਸਟੇਬਲ। ਇਸ ਵੀਡੀਓ ਵਿੱਚ ਇੰਨਾ ਹੀ, ਅਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਇਨਫੋਰਮੇਟਿਵ ਤੁਸੀਂ ਸਾਡੇ ਚੈਨਲ ਨਾਲ ਜੁੜ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਉਸਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ, ਅਤੇ ਇਸ ਵੀਡੀਓ ਨੂੰ ਲਾਈਕ ਕਰਕੇ, ਕਮੈਂਟ ਕਰਕੇ ਤੁਸੀਂ ਸਾਨੂੰ ਹੋਰ ਸਾਰਾ ਪਿਆਰ ਦੇ ਸਕਦੇ ਹੋ। ਅਤੇ ਇਸ ਵੀਡੀਓ ਵਿੱਚ ਇੰਨਾ ਹੀ, ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।